ਭਾਈ ਮੇਰਾ ਭਰਾ ਨੂੰ ਰਾਤੀ 3 ਵਜੇ ਜਾ ਕੇ ਗੱਡੀ 'ਚ ਲੈ ਕੇ ਆਏ। ਬਾਹਰ ਬੂਹੇ 'ਤੇ ਮੋਟਰਸਾਈਕਲ ਖੜੀ ਸੀ, ਕਬਾੜ ਦਾ ਕੰਮ ਉਹ ਕਰਦਾ ਸੀ। ਉਹਨਾਂ ਦੀ ਮੋਟਰਸਾਈਕਲ ਬਾਹਰ ਬੂਹੇ 'ਤੇ ਖੜੀ, ਇਹਨਾਂ ਨੇ ਮੋਟਰਸਾਈਕਲ ਵੀ ਨਾਲ ਲਈ। ਮੇਰੇ ਭਰਾ ਨੂੰ ਸੁੱਤੇ ਪਏ ਨੂੰ ਠਾਲ ਕੇ ਅਤੇ ਲੈ ਆਏ, ਸਾਨੂੰ ਦੱਸਿਆ ਵੀ ਨਹੀਂ। ਮੇਰਾ ਅੱਬ ਫੋਤ ਹੋਇਆ, ਮੇਰੀ ਅੰਮੀ ਇੱਦਤ 'ਚ ਵਿਚਾਰੀ ਬੈਠੀ, ਉਹ ਬਾਹਰ ਮੱਥੇ ਨਹੀਂ ਲੱਗੀ। ਅਸੀਂ ਸਾਰੇ ਸੁੱਤੇ ਪਏ, ਇਹ ਜਾ ਕੇ ਚੁੱਪ ਕਰਕੇ ਮੇਰੇ ਭਰਾ ਨੂੰ ਨਾਲ, ਇੱਕ ਸਾਡੇ ਘਰ ਮਹਿਮਾਨ ਆਇਆ ਉਹਨਾਂ ਦੋਵਾਂ ਨੂੰ ਬਿਠਾਇਆ ਅਤੇ ਚੁੱਪ ਕਰਕੇ ਲੈ ਆਏ। ਮੈਂ 3 ਵਾਰੀ ਅੱਜ 15 'ਤੇ ਕਾਲ ਕੀਤੀ ਕਰਕੇ, ਮੈਂ ਕਿਹਾ ਪੁਲਿਸ ਵਾਲੇ ਮੇਰਾ ਭਰਾ ਚੁੱਕ ਕੇ ਲਿਆਏ। ਮੈਂ ਸਾਡੇ ਘਰ ਕੋਈ ਬੰਦਾ ਨਹੀਂ ਹੈਗਾ, ਅਸੀਂ ਸਾਰੀਆਂ ਬੁੜੀਆਂ ਹੀ ਹੈ, ਅਤੇ ਮੇਰਾ ਭਰਾ ਰੱਬ ਦਾ ਵਾਸਤਾ ਕੋਈ ਜਿਹੜਾ ਲੱਭ ਦੋ। ਇਹਨਾਂ ਨੇ ਕਿਹਾ, ਫਿਰ 2-3 ਵਾਰੀ ਕਾਲ ਕੀਤੀ, ਇਹਨਾਂ ਨੇ ਕਿਹਾ ਤੁਸੀਂ ਜਿੱਥੋਂ ਪਿੱਛੋਂ ਆਏ ਜੇ ਨਾ, ਤੁਸੀਂ ਉੱਥੋਂ ਉਹਨੂੰ ਜਾ ਕੇ ਲੱਭੋ, ਇੱਥੇ ਨਹੀਂ ਹੋਇਆਗਾ। ਫਿਰ ਦੁਬਾਰਾ 15 'ਤੇ ਕਾਲ ਕੀਤੀ, ਫਿਰ ਭਾਈ ਨੇ ਫੋਨ ਕਰਕੇ ਕਿਹਾ, ਉਹਨੇ ਕਿਹਾ ਫਲਾਣੇ ਫਲਾਣੇ ਦਫ਼ਤਰ ਦੇ ਵਿੱਚ CIA ਦਫ਼ਤਰ 'ਚ ਤੁਹਾਡਾ ਮੁੰਡਾ ਬੈਠਾ ਅਤੇ ਚੋਰੀ ਦੇ ਕੇਸ 'ਚ ਬੈਠਾ, ਅਤੇ ਜਾ ਕੇ ਫੜ ਲਿਆਵੋ। ਮੈਂ ਇੱਥੇ ਆਈ, ਮੈਨੂੰ ਆ ਕੇ ਕਿਹਾ ਚਾਚੂ ਮੇਰਾ ਭਰਾ ਤੁਸੀਂ ਕਿਹੜੇ ਕੇਸ 'ਚ ਫੜ ਕੇ ਲਿਆਏ, ਰਾਤ ਦਾ ਫੜ ਕੇ ਲਿਆਏ ਜੇ। ਕਹਿੰਦਾ ਹਾਂ ਇੱਥੇ ਬੈਠਾ, ਬੀਬੀ ਬਾਹਰ ਹੋ ਕੇ ਗੱਲ ਕਰ। ਮੈਂ ਬਾਹਰ ਖੜੀ ਹੋ ਗਈ, ਮੈਂ ਕਿਹਾ ਮੇਰਾ ਭਰਾ ਕਿਹੜੇ ਕੇਸ 'ਚ ਫੜ ਕੇ ਲਿਆਏ। ਉਹ ਕਹਿੰਦਾ ਅਸੀਂ ਇਹਨੂੰ ਚੋਰੀ ਦੇ ਕੇਸ 'ਚ ਫੜ ਕੇ ਲਿਆਏ। ਮੈਂ ਕਿਹਾ ਉਹਨੇ ਕੀ ਚੋਰੀ ਕੀਤੀ? ਕਹਿੰਦਾ ਮੋਟਰਸਾਈਕਲ ਚੋਰੀ ਕੀਤੀ। ਮੈਂ ਕਿਹਾ ਜਿਹੜੀ ਤੁਹਾਡੇ ਕੋਲ ਮੋਟਰਸਾਈਕਲ ਹੈ ਨਾ, ਹੁੰਦੀ ਅਸੀਂ ਉਹਦੇ ਕਾਗਜ਼ ਤੁਹਾਨੂੰ ਦੇ ਦਿੰਦੇ ਅਤੇ ਮੇਰਾ ਭਰਾ ਛੱਡ ਦੋਗੇ? ਕਹਿੰਦਾ ਹਾਂ ਛੱਡ ਦਾਂਗੇ। ਮੁੜ ਕੇ ਮੈਂ ਅਸੀਂ ਤੁਰ ਪਈਆਂ ਬਾਹਰ ਨੂੰ। ਮੈਂ ਕਿਹਾ ਮੈਂ ਫੋਨ ਕਰਕੇ ਤੇ ਮੋਟਰਸਾਈਕਲ ਦੇ ਕਾਗਜ਼ ਮੰਗਾਨੀ, ਮੇਰਾ ਭਰਾ ਛੱਡ ਦੋ। ਉਹ ਭਾਈ ਇੱਕ ਬੈਠਾ ਉੱਥੇ, ਉਹ ਦੂਸਰੇ ਬੰਦੇ ਨੂੰ ਕਹਿੰਦਾ ਇਹਨੂੰ ਕੰਜਰੀ ਨੂੰ ਬਾਹਰ ਕੱਢੋ, ਇਹਨੂੰ ਕੰਜਰੀ ਨੂੰ ਛਿੱਤਰ ਮਾਰੋ, ਇਹਨੂੰ ਸੋਟੇ ਮਾਰੋ। ਮੈਨੂੰ ਜਦੋਂ ਚੰਡਾ 2 ਮਾਰੀਆਂ, ਮੈਂ ਮੋਬਾਈਲ 'ਤੇ ਵੀਡੀਓ ਲੱਗ ਪਈ ਬਣਾਉਣ। ਮੁੜ ਕੇ ਉਹਨਾਂ ਨੇ ਮੈਂ ਗਲੇ 'ਚ ਮੋਬਾਈਲ ਪਾ ਲਿਆ, ਭੱਜ ਪਏ ਸਾਰੇ ਮੇਰੇ ਮਗਰ। ਮੈਂ ਇੱਥੇ ਮੋਬਾਈਲ ਪਾ ਲਿਆ, ਆ ਕੇ ਮੇਰਾ ਗਲੇ ਦੇ ਵਿੱਚੋਂ ਹੱਥ ਪਾ ਪਾ ਕੇ ਮੋਬਾਈਲ ਖਿੱਚਦੇ ਸੀ। ਮੈਂ ਮੋਬਾਈਲ ਨਹੀਂ ਦਿੱਤਾ, ਮੈਂ ਭੱਜ ਵੀ ਰੋਡ ਦੇ ਉੱਤੇ। ਉਹ ਮੁੜ ਕੇ 3 ਜਣੇ ਆਏ, ਇੱਕ ਨੇ ਮੈਨੂੰ ਇੱਥੋਂ ਖਿੱਚਿਆ, ਚੱਕਾ ਚੱਕ ਵੱਢ ਕੇ। ਮੁਲਾਜ਼ਮ ਦੱਸਣਾ ਕਿਹੜੇ ਅਦਾਰੇ ਦੇ ਸੀ? CIA ਸਟਾਫ ਦੇ ਆ। ਉਹ ਸਾਰੇ ਬੰਦਿਆਂ ਨੇ, ਸਮੁੰਦਰੀ ਦੇ ਸਾਰੇ ਬੰਦਿਆਂ ਨੇ ਮੈਨੂੰ ਮਾਰਿਆ। ਮੈਂ ਇੱਥੇ ਆ ਗਈ, ਇੱਥੇ ਸਾਰੇ ਬੰਦੇ ਖਲੋ ਕੇ ਦੇਖਦੇ ਸੀ। ਮੈਂ ਕਿਹਾ ਮੇਰੀ ਵੀਡੀਓ ਕੋਈ ਜਿਹੜਾ ਬਣਾ ਲਾ, ਮੈਨੂੰ ਚੰਡਾ ਮਾਰ ਦੇਵੇ। ਮੇਰੇ ਚੱਕ ਭਾਈ ਵੱਢ ਕੇ ਮੇਰਾ ਮੋਬਾਈਲ ਖੋ ਕੇ ਲੈ ਗਿਆ। ਕਹਿੰਦਾ ਇਹਨੂੰ ਮਾਰੋ, ਇਹਦੇ ਕੋਲੋਂ ਮੋਬਾਈਲ ਖੋਵੋ। ਭਾਈਆਂ ਨੇ ਬਨੈਨਾ ਪਾਈਆਂ, ਸ਼ਲਵਾਰਾਂ ਪਾਈਆਂ ਅਤੇ ਤੁਰੇ ਫਿਰਦੇ, ਸਰਕਾਰੀ ਨੌਕਰੀਆਂ ਕਰਦੇ, ਨਾ ਕੋਈ ਵਰਦੀ ਅਤੇ ਨਾ ਕੁਛ, ਆ ਕੇ ਕੁੱਟ ਮਾਰ ਕੇ ਬੁੜੀਆਂ ਨੂੰ ਮੋਬਾਈਲ ਲੈ ਗਏ। ਉੱਤੋਂ ਕਹਿੰਦਾ ਡਕੇਟਣ ਹੈ, ਡਕੇਟਣ ਹੈ, ਡਕੇਟਣ ਇੱਥੇ ਬੈਠੀ। ਮੈਂ ਤਾਂ ਭੱਜੀ ਨਹੀਂ, ਦਫ਼ਤਰ ਦੇ ਬਹਿੰਦੇ ਸਾਹਮਣੇ ਮੈਂ ਬੈਠੀ। ਪੁਲਿਸ ਵਾਲਾ ਭਾਈ ਆ ਕੇ ਮੈਨੂੰ ਕਹਿੰਦਾ ਬੀਬੀ ਤੁਹਾਡਾ ਜਿਹੜਾ ਰੋਲ ਹੈ ਨਾ ਦਫ਼ਤਰ ਦਾ, ਉਹ ਦਫ਼ਤਰ ਦੇ ਅੱਗੇ ਜਾਓ। ਸਦਰ ਥਾਣੇ ਵਾਲਾ ਭਾਈ ਮੈਨੂੰ ਆ ਕੇ ਕਹਿੰਦਾ ਇੱਥੋਂ ਸਾਡੇ ਥਾਣੇ ਅੱਗੇ ਉੱਠ ਕੇ ਪਰਾਂ ਚੱਲ ਜਾ। ਕੋਈ ਪੁਲਿਸ ਵਾਲਾ ਵੀ ਨਹੀਂ ਗੱਲ ਸੁਣਦਾ, ਕਿਸੇ ਨੇ ਨਹੀਂ ਗੱਲ ਸੁਣੀ।